हेलो जी, सत श्री अकाल सारिआं नूं। उम्मीद करदे तुसीं सारे बहुत वधिया होगे ते आपां वी बहुत वधिया। अज आपां पहुंचे हां पंज गुरु साहिबान चरण छोह प्राप्त धरती पिंड छाबड़ी साहिब, जो कि तरन तारण जिले के पैंदा वा। अज आपां तुहानूं दर्शन कराउंदे हां उस गुरुद्वारा साहिब। लो जी, हुण आपां पहुंच गए हां गुरुद्वारा साहिब, जो कि पंज गुरु साहिबाना की चरण छोह प्राप्त धरती आ। तो हुण आपां तुहानूं गुरुद्वारा साहिब के दर्शन करवाने हां जी। ਇਹ ਆ ਜੀ ਤਪ ਸਥਾਨ ਸ਼੍ਰੀ ਮਾਨ ਸੰਤ ਬਾਬਾ ਦੀਵਾਨ ਸਿੰਘ ਜੀ ਅਤੇ ਸੰਤ ਬਾਬਾ ਖਜਾਨ ਸਿੰਘ ਜੀ। ਅਤੇ ਆਓ ਹੁਣ ਆਪਾਂ ਤੁਹਾਨੂੰ ਇਸ ਤਪ ਸਥਾਨ ਦੇ ਦਰਸ਼ਨ ਕਰਵਾਉਂਦੇ ਹਾਂ। ਸਾਧ ਸੰਗਤ ਜੀ, ਜਿਹੜੀ ਗੱਡੀ ਦੇ ਤੁਸੀਂ ਦਰਸ਼ਨ ਕਰਦੇ ਪਏ ਜੇ, ਇੱਕ ਸਟੀਮ ਗੱਡੀ ਦੇ ਨਾਂ ਨਾਲ ਜਾਣੀ ਜਾਂਦੀ ਆ, ਜੋ ਕਿ 1982 ਮਾਡਲ ਦੀ ਗੱਡੀ ਆ। ਅਤੇ ਜਦੋਂ ਸੰਤ ਬਾਬਾ ਖਜਾਨ ਸਿੰਘ ਜੀ ਮਹਾਰਾਸ਼ਟਰ ਦੇ ਵਿੱਚ ਗੁਰੂ ਘਰ ਦੀਆਂ ਇਮਾਰਤਾਂ ਵਾਸਤੇ ਸੇਵਾ ਗ੍ਰਾਹੀ ਕਰਨ ਗਏ ਸੀ, ਉਸੇ ਉਹਨਾਂ ਨੂੰ ਕੁਝ ਸ਼ਰਧਾਲੂ ਮਿਲੇ ਸੀ ਜਿਨ੍ਹਾਂ ਦੇ ਘਰ ਪੁੱਤਰ ਦੀ ਦਾਤ ਨਹੀਂ ਹੁੰਦੀ ਸੀ। ਜਦੋਂ ਬਾਬਾ ਜੀ ਨੇ ਉਹਨਾਂ ਦੀ ਅਰਦਾਸ ਕੀਤੀ, ਉਹਨਾਂ ਨੂੰ ਕੁਝ ਸਮੇਂ ਬਾਅਦ ਪੁੱਤਰ ਦੀ ਦਾਤ ਹੋਈ ਅਤੇ ਸੰਤ ਬਾਬਾ ਖਜਾਨ ਸਿੰਘ ਜੀ ਨੂੰ ਇਹ ਗੱਡੀ ਉਹਨਾਂ ਨੇ ਤੋਹਫੇ ਦੇ ਰੂਪ ਵਿੱਚ ਭੇਟ ਕੀਤੀ ਸੀ। ਇਹ ਗੱਡੀ ਅੱਜ ਕੱਲ੍ਹ ਬੰਦ ਹੋ ਚੁੱਕੀ ਆ। ਇਹ ਗੱਡੀ ਅੱਜ ਵੀ ਬਾਬਾ ਜੀ ਨੇ ਉਹਨਾਂ ਦੀ ਯਾਦਗਿਰੀ ਦੇ ਵਿੱਚ ਸੰਭਾਲ ਕੇ ਰੱਖੀ ਹੋਈ ਹੈ ਜੀ, ਜੋ ਅੱਜ ਵੀ ਤੁਹਾਨੂੰ ਇਸ ਗੁਰਦੁਆਰੇ ਦੇ ਵਿੱਚ ਦੇਖਣ ਨੂੰ ਮਿਲੂਗੀ। ਇਹ ਆ ਜੀ ਇਸ ਗੁਰਦੁਆਰੇ ਦਾ ਇਤਿਹਾਸ। ਸਾਧ ਸੰਗਤ ਜੀ, ਆਹ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣਦੀ ਪਈ ਆ ਤੇ ਇਸ ਗੁਰਦੁਆਰੇ ਸਾਹਿਬ ਦੀ ਸੇਵਾ ਵੀ ਚੱਲਦੀ ਪਈ ਆ ਜੀ। ਇਹ ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ ਦਰਬਾਰ ਬਣਦਾ ਪਿਆ ਜੀ। ਜੀ ਜਿਸ ਪੁਰਾਤਨ ਖੂਹ ਦੇ ਤੁਸੀਂ ਦਰਸ਼ਨ ਕਰਦੇ ਪਏ ਹੋ, ਇਹ ਅੱਠ ਨੁੱਕਰਾ ਖੂਹ ਦੇ ਨਾਂ ਨਾਲ ਜਾਣਿਆ ਜਾਂਦਾ ਵਾ। ਅਤੇ ਇਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਾਦਾ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਖੂਹ ਨੂੰ ਬਣਵਾਇਆ ਸੀ। ਤੁਸੀਂ ਦੇਖ ਸਕਦੇ ਹੋ ਕਿ ਇਸ ਖੂਹ ਨੂੰ ਨਾਨਕ ਸ਼ਾਹੀ ਇੱਟਾਂ ਦੇ ਨਾਲ ਤਿਆਰ ਕੀਤਾ ਗਿਆ ਵਾ। ਇਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹੀ ਦੇ ਟਾਈਮ ਦਾ ਬਣਿਆ ਹੋਇਆ ਵਾ। ਸਾਧ ਸੰਗਤ ਜੀ, ਤੁਸੀਂ ਵੇਖ ਸਕਦੇ ਹੋ ਇਸ ਪੁਰਾਤਨ ਖੂਹ ਦੇ ਵਿੱਚ ਅੱਜ ਵੀ ਟਿੰਡਾਂ ਲੱਗੀਆਂ ਹੋਈਆਂ ਵਾ, ਜਿਸ ਨੂੰ ਤੁਸੀਂ ਟਿੰਡਾਂ ਵਾਲਾ ਖੂਹ ਵੀ ਕਹਿ ਸਕਦੇ ਜੇ। ਆਹ ਜਿਹੜਾ ਸਰੋਵਰ ਤੁਸੀਂ ਵੇਖਦੇ ਪਏ ਜੇ, ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸਿਕ ਸਰੋਵਰ ਆ। ਇਸ ਸਰੋਵਰ ਦਾ ਸੰਬੰਧ ਅੱਠ ਨੁੱਕਰੀ ਖੂਹ ਦੇ ਨਾਲ ਹੈ। ਇਸ ਸਰੋਵਰ ਦੀ ਸੇਵਾ 1966 ਦੇ ਵਿੱਚ ਬਾਬਾ ਦੀਵਾਨ ਸਿੰਘ ਅਤੇ ਬਾਬਾ ਖਜਾਨ ਸਿੰਘ ਜੀ ਨੇ ਕਰਵਾਈ ਸੀ। ਇਹ ਸਰੋਵਰ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਾਦਾ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਣਵਾਇਆ ਸੀ। ਇਸ ਜਗ੍ਹਾ 'ਤੇ ਪਹਿਲਾਂ ਇੱਕ ਛੱਪੜੀ ਹੁੰਦੀ ਸੀ, ਜੋ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਦਾਦਾ ਜੀ ਨੇ ਇਸ ਜਗ੍ਹਾ 'ਤੇ ਤਪੱਸਿਆ ਕੀਤੀ ਸੀ ਅਤੇ ਇਸ ਨੂੰ ਇੱਕ ਸਰੋਵਰ ਦਾ ਨਾਂ ਦਿੱਤਾ ਗਿਆ ਸੀ। ਲਓ ਜੀ, ਹੁਣ ਆਪਾਂ ਤੁਹਾਨੂੰ ਇਸ ਗੁਰਦੁਆਰੇ ਦੇ ਇਤਿਹਾਸ ਦੇ ਨਾਲ ਜਾਣੂ ਕਰਵਾਉਂਦੇ ਹਾਂ, ਜੋ ਕਿ ਆਪਾਂ ਨੂੰ ਬਾਬਾ ਜੀ ਸਾਰਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬਾਂ ਦੀ ਚਰਨ ਸੋ ਪ੍ਰਾਪਤ ਧਰਤੀ ਸ਼ਾਬਰੀ ਸਾਹਿਬ ਹੈ। ਪੰਜ ਗੁਰੂ ਸਾਹਿਬ ਆਏ ਨੇ, ਗੁਰੂ ਅੰਗਦ ਦੇਵ ਜੀ ਆਏ ਨੇ, ਗੁਰੂ ਅਮਰਦਾਸ ਜੀ ਆਏ ਨੇ, ਗੁਰੂ ਅਰਜਨ ਦੇਵ ਜੀ ਆਏ ਨੇ, ਹਰਗੋਬਿੰਦ ਸਾਹਿਬ ਜੀ ਆਏ ਨੇ, ਜਿਨ੍ਹਾਂ ਨੇ ਅੱਠ ਕੁੱਠਾ ਖੂਹ ਦਵਾਇਆ ਹੈ, ਜਿਨ੍ਹਾਂ ਬੀਬੀਆਂ ਨੂੰ ਬੱਚਿਆਂ ਦੀ ਖਿਆਹ ਦੀ ਬਿਮਾਰੀ ਹੁੰਦੀ ਹੈ ਉਹ ਠੀਕ ਹੋ ਜਾਂਦੀਆਂ, ਇਸ ਤੋਂ ਪੁੱਤਰਾਂ ਦੀਆਂ ਦਾਤਾਂ ਮਿਲਦੀਆਂ। ਗੁਰੂ ਤੇਗ ਬਹਾਦਰ ਜੀ ਆਏ ਇੱਥੇ, ਉਹਨਾਂ ਤੋਂ ਬਾਅਦ ਸ਼੍ਰੀਮਾਨ ਸੰਤ ਬਾਬਾ ਦੀਵਾਨ ਸਿੰਘ ਜੀ, ਸ਼੍ਰੀਮਾਨ ਸੰਤ ਬਾਬਾ ਖਜਾਨ ਸਿੰਘ ਜੀ, ਸ਼੍ਰੀਮਾਨ ਸੰਤ ਬਾਬਾ ਸਰਦਾਰਾ ਸਿੰਘ ਜੀ, ਜਿਨ੍ਹਾਂ ਨੇ ਕਾਰ ਸੇਵਾ ਸੰਭਾਲੀ, ਹੁਣ ਕਿ ਦਰਬਾਰ ਸਾਹਿਬ ਗੁਰੂ ਅੰਮ੍ਰਿਤਸਰ ਜੀ ਦਾ ਬਣਾਇਆ ਹੈ, ਹੁਣ ਕਾਰ ਸੇਵਾ ਮੁੱਖ ਸੇਵਾਦਾਰ ਮਾਤਾ ਸਰਜੀ ਕੌਰ ਜੀ ਚਲਾ ਰਹੇ ਨੇ। ਇਹਨਾਂ ਦਾ ਵੱਧ ਤੋਂ ਵੱਧ ਸੰਗਤਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਦਰਬਾਰ ਦੀ ਕਾਰ ਸੇਵਾ ਗੇਟਾਂ ਦੀ ਚੱਲ ਰਹੀ ਹੈ, ਸਟੀਲ ਦੇ ਬੂਹੇ ਬਾਰੀਆਂ ਲੱਗ ਰਹੇ ਨੇ। ਸਭ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਸੇਵਾ ਵਿੱਚ ਹਿੱਸੇ ਪਾਓ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ। ਹੈਗਾ ਜੀ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ, ਆ ਸੰਗਤ ਜੀ ਤੁਹਾਡੀ ਜਾਣਕਾਰੀ ਲਈ ਆਪਾਂ ਇਹ ਦੱਸ ਦਈਏ ਸੀ, ਇਸ ਅਸਥਾਨ 'ਤੇ ਪੰਜ ਗੁਰੂ ਸਾਹਿਬਾਨ ਆਏ ਸੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਗੋਬਿੰਦ ਜੀ ਅਤੇ ਗੁਰੂ ਤੇਗ ਬਹਾਦਰ ਜੀ। ਇਸ ਕਰਕੇ ਇਸ ਅਸਥਾਨ ਨੂੰ ਪੰਜ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਧਰਤੀ ਕਿਹਾ ਜਾਂਦਾ ਹੈ।